ਸਤਿ ਸ਼੍ਰੀ ਅਕਾਲ ਜੀ ਇੰਡੀਆ ਨਿਊਜ਼ ਪੰਜਾਬ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਮਨਪ੍ਰੀਤ ਗਿੱਲ ਤੇ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਸਿਆਸੀ ਅਖਾੜਾ ਪੱਕਿਆ ਹੋਇਆ ਹੈ ਤੇ ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸੀਐਮ ਚਿਹਰਿਆਂ ਲੈ ਕੇ ਭੰਬਲ ਪੂਸਾ ਵੀ ਪਿਆ ਹੋਇਆ ਹੈ ਪਹਿਲਾਂ ਤਾਂ ਜੂਤ ਕਾਂਗਰਸ ਦੇ ਟਵਿੱਟਰ ਹੈਂਡਲਸ ਤੇ ਚੰਦਰਜੀਤ ਸਿੰਘ ਚੰਨੀ ਨੂੰ ਸੀਐਮ ਦੱਸਿਆ ਗਿਆ ਉਸ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਟਵਿੱਟਰ ਹੈਂਡਲ ਤੇ ਇੱਕ ਐਨੀਮੇਟਿਡ ਵੀਡੀਓ ਪਾਈ ਹੋਈ ਹੈ ਜਿਸ 'ਚ ਪੰਜਾਬ ਕਾਂਗਰਸ ਦੇ ਚਾਰ ਚਿਹਰੇ ਦਿਖਾਏ ਹੋਏ ਨੇ ਤੇਹਰਾਨੀ ਵਾਲੀ ਗੱਲ ਇਹ ਹੈ ਕਿ ਪਹਿਲਾਂ ਸੀਐਮ ਚਿਹਰੇ ਦੇ ਲਈ ਤਿੰਨ ਨਾਮ ਸਨ ਜਿਨ੍ਹਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਸੀ ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ ਸਨ ਤੇ ਹੁਣ ਚੌਥਾ ਨਾਮ ਪ੍ਰਤਾਪ ਸਿੰਘ ਬਾਜਪਾ ਦਾ ਜੁੜ ਗਿਆ ਹੁਣ ਦੇਖਣਾ ਹੋਵੇਗਾ ਕਿ ਅਖਰਕਾਰ ਕਾਂਗਰਸ ਪਾਰਟੀ ਦਾ ਸੀਐਮ ਚਿਹਰਾ ਕੌਣ ਹੁੰਦਾ ਸੀਐਮ ਚਿਹਰਾ ਦਾ ਨਾਮ ਕਿਸ ਦਾ ਸਾਹਮਣੇ ਆਉਂਦਾ ਦੇ ਦੁਜੀ ਕਿੱਤੇ ਨੇ ਕੇਜੀ ਰਿਵਾਲ ਤੇ ਮੋਤੀ ਹੁਣ ਨਹੀਂ ਬਚਦੇ ਤੁਸੀਂ ਕਿੱਥੇ ਨੇ ਕੇਜਰੀਵਾਲ ਦੇ ਮੋਤੀ ਤੇ ਮਹਾਨਤ ਦਰਸ਼ਕਾਂ ਨੇ ਇਹ ਵੀਡੀਓ ਦੇਖੀ ਆ ਜਿੱਥੇ ਕਿ ਚਾਰ ਚਿਹਰੇ ਹੁਣ ਸਾਹਮਣੇ ਆ ਚੁੱਕੇ ਨੇ ਚਾਰ ਨਾਮ ਨੇ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਨੇ ਦੇਖਣਾ ਹੋਊਗਾ ਕਿ ਇਹਨਾਂ ਦੇ ਵਿੱਚੋਂ ਕਿਸ ਤੇ ਸੀਐਮ ਚਿਹਰੇ ਦੀ ਮੋਹਰ ਲੱਗਦੀ ਹੈ ਤੇ ਇੰਡੀਆ ਨਿਊਜ਼ ਪੰਜਾਬ ਦੇ ਬਿਊਰੋ ਚੀਫ ਨੇ ਵਿਪਨ ਪਰਮਾਰ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਜੀ ਵਿਪਨ ਜੀ ਵੀਡੀਓ ਜਾਰੀ ਕੀਤੀ ਗਈ ਹੈ ਕਾਂਗਰਸ ਪਾਰਟੀ ਦੇ ਵੱਲੋਂ ਹੁਣ ਚਾਰ ਚਿਹਰੇ ਸਾਹਮਣੇ ਆ ਰਹੇ ਨੇ ਕੀ ਮਾਇਨੇ ਕੱਢੀਏ ਇਸ ਵੀਡੀਓ ਦੇ ਕੀ ਅਰਥ ਨੇ ਵੇਖੋ ਬਿਲਕੁਲ ਹਜੇ ਵੀ ਜਿਹੜੀ ਸਿਚੁਏਸ਼ਨ ਹੈਗੀ ਹੈ ਕਾਂਗਰਸ ਪਾਰਟੀ ਲਈ ਕਲੀਅਰ ਨਹੀਂ ਹੈਗੀ ਕਿ ਕਿਹੜਾ ਚਿਹਰਾ ਜੜਾ ਹੈ ਅੱਗੇ ਰੱਖ ਕੇ ਚੋਣ ਜਿਹੜੀ ਹੈ ਉਹ ਲੜੀ ਜਾਊਗੀ ਪਹਿਲੋਂ ਕਿਤੇ ਨਾ ਕਿਤੇ ਯੂਥ ਕਾਂਗਰਸ ਦੇ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕੀਤਾ ਗਿਆ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਜੜਾਇਆ ਕਿਤੇ ਨਾ ਕਿਤੇ ਪੋਟ੍ਰੇ ਕਰਦੇ ਹੋਏ ਸੀਐਮ ਫੇਸ ਦੇ ਤੌਰ ਤੇ ਦਿਖਾਇਆ ਗਿਆ ਸੀਗਾ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਪੇਜ ਜਿੱਤੇਗਾ ਪੰਜਾਬ 'ਚ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਕੈਂਡੀਡੇਟ ਦੇ ਤੌਰ ਤੇ ਦਿਖਾਉਣ ਦਾ ਕੰਮ ਕੀਤਾ ਗਿਆ ਤੇ ਕਿਤੇ ਨਾ ਕਿਤੇ ਇਹ ਲੜਾਈ ਜਿਹੜੀ ਟਵਿੱਟਰ ਤੇ ਚੱਲ ਰਹੀ ਹੈਗੀ ਹੈ ਹੁਣ ਇੱਕ ਕਲੈਕਟਿ ਜਿਹੜੇ ਚਿਹਰਿਆਂ ਦੀ ਗੱਲ ਕੀਤੀ ਜਾ ਰਹੀ ਹੈ ਪਾਰਟੀ ਵਾਲਾ ਕਮਾਂਡ ਵੱਲੋਂ ਕਿ ਜਿਹੜੇ ਮੇਨ ਚਿਹਰੇ ਹੈਗੇ ਨੇ ਪੰਜਾਬ ਦੇ ਉਹਨਾਂ ਦੇ ਉਹਨਾਂ ਨੂੰ ਸਾਹਮਣੇ ਰੱਖ ਕੇ ਲੜਾਈ ਚੋਣ ਜਿਹੜੀ ਇਹ ਪੰਜਾਬ ਦੀ ਕਾਂਗਰਸ ਯੂਨਿਟ ਜਿਹੜੀ ਉਹ ਲੜੂਗੀ ਪਹਿਲੇ ਤਿੰਨ ਨਾਂ ਜਿਹੜੇ ਆ ਉਹ ਚੱਲ ਰਹੇ ਸੀਗੇ ਜਿਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਮੌਜੂਦਾ ਸੀਐਮ ਚਰਜੀ ਸਿੰਘ ਚੰਨੀ ਦਾ ਨਾਂ ਸੀਗਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਧਿਐਕਸ਼ ਨਵਜੂਤ ਸਿੰਘ ਸਿੱਧੂ ਦਾ ਨਾਂ ਸੀਗਾ ਤੇ ਇਹਦੇ ਨਾਲ ਨਾਲ ਸੁਨੀਲ ਜਾਖੜ ਦਾ ਨਾਂ ਜਿਹੜਾ ਹੈ ਉਹ ਇਸ ਲਿਸਟ ਜਿਹੜਾ ਹੈ ਉਹ ਚੱਲ ਰਿਹਾ ਸੀਗਾ ਲੇਕਿਨ ਹੁਣ ਜਿਹੜਾ ਇਹ ਐਨੀਮੇਟਿਡ ਵੀਡੀਓ ਪੰਜਾਬ ਕਾਂਗਰਸ ਦੇ ਟਵ ਤੇ ਪਿਆ ਹੈ ਤੁਸੀਂ ਬੜਾ ਇੰਟਰਸਟਿੰਗ ਇਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਨੇ ਉਹ ਸਮਝਣ ਦੀ ਬੜੀ ਜ਼ਰੂਰਤ ਹੈਗੀ ਹੈ ਇੱਕ ਤਾਂ ਇਹ ਕਿ ਚਾਰ ਫੇਸਸ ਨੂੰ ਕਿਤਨਾ ਕਿਤੇ ਹੁਣ ਪੋਟ੍ਰੇ ਕਰਤੇ ਦਿੱਤਾ ਗਿਆ ਹੈ ਚਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਸੁਨੀਲ ਜਾਕਰ ਤੇ ਪ੍ਰਤਾਪ ਸਿੰਘ ਵਾਜਬਾ ਇਹ ਚਾਰ ਨਾਂ ਜਿਹੜੇ ਨੇ ਇਹ ਚਾਰ ਚਿਹਰੇ ਜਿਹੜੇ ਨੇ ਇਸ ਵੀਡੀਓ ਵਿੱਚ ਵੇਖਣ ਦੇ ਤੁਹਾਨੂੰ ਮਿਲਣ ਰਹੇ ਨੇ ਕਿਤੇ ਨਾ ਕਿਤੇ ਵਰਚੁਅਲ ਪ੍ਰਚਾਰ ਨੂੰ ਕਿਸ ਤਰ੍ਹਾਂ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਤੇ ਆ ਤੁਸੀਂ ਵੇਖ ਸਕਦੇ ਹੋ ਕਿ ਐਨੀਮੇਸ਼ਨ ਦਾ ਸਹਾਰਾ ਲੈ ਕੇ ਕਿਤੇ ਨਾ ਕਿਤੇ ਕਾਂਗਰਸ ਨੂੰ ਕਾਂਗਰਸ ਦੇ ਟਵਿੱਟਰ ਹੈਂਡਲ ਤੇ ਪੰਜਾਬ ਕਾਂਗਰਸ ਦੇ ਟਵਿੱਟਰ ਹੈਂਡਲ ਤੇ ਇੱਕ ਮੈਸੇਜ ਜੜਾਇਆ ਉਹ ਕਿਤੇ ਨਾ ਕਿਤੇ ਸੁਪੋਰਟਰਸ ਨੂੰ ਦੇਣ ਦੀ ਕੋਸ਼ਿਸ਼ ਜੜੀ ਆ ਉਹ ਕੀਤੀ ਜਾ ਰਹੀ ਹੈ ਲੇਕਿਨ ਉੱਥੇ ਹੀ ਤੁਸੀਂ ਜਦੋਂ ਇਸਾ ਵੀਡੀਓ ਦਾ ਪੋਸਟਮਾਰਟਮ ਕਰਦੇ ਹੋ ਤੇ ਕਿਤੇ ਨਾ ਕਿਤੇ ਬੜਾ ਡੀਪ ਮੈਸੇਜ ਵੀ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਕਿ ਆ तमाम ਜਿਹੜੇ ਲੀਡਰਸ ਹੈਗੇ ਨੇ ਪੰਜਾਬ ਕਾਂਗਰਸ ਦੇ ਇਸ ਜੰਗ 'ਚ ਜਿਹੜੇ ਨੇ ਉਹ ਕਿਤੇ ਨਾ ਕਿਤੇ ਹਾਰਦੇ ਹੋਏ ਦਿਖ ਰਹੇ ਸੀਗੇ ਤੇ ਕਿਤੇ ਨਾ ਕਿਤੇ ਚੰਨੀ ਦੀ ਐਂਟਰੀ ਹੁੰਦੀ ਹੈ ਤੇ ਚਰਨਜੀਤ ਸਿੰਘ ਚੰਨੀ ਜਿਹੜਾ ਹੈ ਲਾਸਟ ਆਖਰੀ ਵਾਰ ਕਰਦੇ ਹੋਏ तमाम ਵਿਰੋਧੀਆਂ ਨੂੰ ਜੜਾਇਆ ਉਹ ਕਿਤੇ ਨਾ ਕਿਤੇ ਹਰਾਉਣ ਦਾ ਕੰਮ ਕਰਦੇ ਨੇ ਤੇ ਕਿਤੇ ਨਾ ਕਿਤੇ ਦੋ ਮੈਸੇਜ ਜਿਹੜੇ ਇਸ ਇਸ ਵੀਡੀਓ ਤੋਂ ਬਾਹਰ ਨਿਕਲ ਕੇ ਆ ਰਹੇ ਨੇ ਕਿ ਇੱਕ ਤਾਂ ਇਹ ਕਿ ਕਲੈਕਟਿਵ ਫੇਸਿਸ ਦੇ ਨਾਲ ਕਾਂਗਰਸ ਅਗੜੇ ਬਦਨਾਮ ਚਾਹੁੰਦੀ ਹੈ ਲੇਕਿਨ ਸਭ ਤੋਂ ਵੱਡਾ ਚਿਹਰਾ ਜਿਹੜਾ ਹੈ ਉਹ ਵੀ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਇਸ ਵੀਡੀਓ ਚ ਰੱਖ ਕੇ ਰੱਖਿਆ ਗਿਆ ਹੈ ਹੁਣ ਵੇਖਣਾ ਹੀ ਹੋਊਗਾ ਕਿ ਲੜਾਈ ਜਿਹੜੀ ਹੈਗੀ ਹੈ ਹੁਣ ਕਿਉਂਕਿ ਪਹਿਲੇ ਤਿੰਨ ਚਿਹਰਿਆਂ ਦੀ ਲੜਾਈ ਸੀਗੀ ਹੁਣ ਚਾਰ ਚਿਹਰੇ ਦੇ ਵਿੱਚ ਜਿਹੜੇ ਸ਼ਾਮਲ ਹੋ ਗਏ ਨੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ 2017 ਦੇ ਵਿੱਚ ਕਮਾਂਡ ਜਿਹੜੀ ਹੈ ਉਹ ਦਿੱਤੀ ਗਈ ਸੀਗੀ ਚੋਣਾ ਤੋਂ ਪਹਿਲੇ ਉਸ ਵੇਲੇ ਵੀ ਕਾਫੀ ਖਟਾਸ ਜਿਹੜੀ ਹੈ ਉਹ ਪ੍ਰਤਾਪ ਸਿੰਘ ਬਾਜਵਾ ਦੀ ਵੇਖਣ ਨੂੰ ਮਿਲੀ ਸੀਗੀ ਤੇ ਕਿਤੇ ਨਾ ਕਿਤੇ ਕਾਂਗਰਸ ਵਿੱਚ ਆਉਂਦੀ ਹੈ ਕਿ ਚੋਣਾ ਤੋਂ ਪਹਿਲੇ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜੀ ਮਨ ਝਗੜਾ ਕੋਈ ਨਾ ਹੋਵੇ ਇਸੇ ਨੂੰ ਲੈ ਕੇ ਜਿਹੜਾ ਕਿਤੇ ਨਾ ਕਿਤੇ ਪ੍ਰਯਾਸ ਕੀਤਾ ਗਿਆ ਹੈ ਕਿ ਕਲੈਕਟਿਵ ਫੇਸਿਸ ਦੇ ਨਾਲ ਜਿਹੜਾ ਹੈ ਚੌੜ ਲੜਨ ਦੀ ਗੱਲ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਇਸ ਵੀਡੀਓ ਦੇ ਦੋ ਮੋਟਿਵ ਜਿਹੜੇ ਨੇ ਉਹ ਕਿਤੇ ਨਾ ਕਿਤੇ ਸਾਹਮਣੇ ਨਿਕਲ ਕੇ ਆ ਰਹੇ ਨੇ ਇੱਕ ਤਾਂ ਇਹ ਕਿ ਚਾਰ ਚਹਰੇ ਪ੍ਰਦੇਸ਼ ਕਾਂਗਰਸ ਦੀ ਜਿਹੜੀ ਹੈ ਉਹ ਇਸ ਲੜਾਈ ਚ ਸ਼ਾਮਿਲ ਨੇ ਤੇ ਦੂਜਾ ਕਿਤੇ ਨਾ ਕਿਤੇ ਜਿਹੜਾ ਮੋਟਿਵ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਿਹੜਾ ਦਿਖਦਾ ਹੈ ਇਸ ਵੀਡੀਓ ਨੂੰ ਜੇ ਤੁਸੀਂ ਗੌਰ ਨਾਲ ਵੇਖੋ ਤੇ ਚਰਨਜੀਤ ਸਿੰਘ ਚੰਨੀ ਦੀ ਐਂਟਰੀ ਦੇ ਨਾਲ ਜਿਹੜੀ ਐਂਡ ਜਿਹੜੀ ਲੜਾਈ ਹੈਗੀ ਹੈ ਜਿਹੜਾ ਖਾਤਮਾ ਹੈਗਾ ਫਾਈਟ ਖਲਾਈ ਹੋਗਾ ਕਿ ਕੀ ਕੁਝ ਪਾਰਟੀ ਆਲਾ ਕਮਾਂਡ ਵੱਲੋਂ ਜੜਾਇਆ ਉਹ ਡਿਸੀਜਨ ਲੀਤਾ ਜਾਂਦਾ ਲੇਕਿਨ ਫਿਲਹਾਲ ਦੀ ਜੇਕਰ ਗੱਲ ਕੀਤੀ ਜਾਵੇ ਕਿਤੇ ਨਾ ਕਿਤੇ ਡਿਜੀਟਲ ਮੈਥਡ ਦਾ ਤੇ ਵਰਚੂਅਲੀ ਕਿਤੇ ਨਾ ਕਿਤੇ ਕਨੈਕਟ ਬਣਾਉਣ ਵਾਸਤੇ ਇਸ ਤਰ੍ਹਾਂ ਦੇ ਮੀਮਸ ਵੀ ਵੇਖਣ ਨੂੰ ਮਿਲਣਗੇ ਤੁਹਾਨੂੰ ਤੇ ਆਉਣ ਵਾਲੇ ਸਮੇਂ 'ਚ ਹੋਰ ਇਸ ਤਰ੍ਹਾਂ ਦੇ ਵੀਡੀਓ ਵੀ ਜੜਿਆ ਉਹ ਅੱਡ ਅੱਡ ਪਾਰਟੀਆਂ ਦੇ ਟਵਿੱਟਰ ਹੈਂਡਲਸ ਤੇ ਸੋਸ਼ਲ ਮੀਡੀਆ ਪਲੈਟਫਾਰਮਸ 'ਤੇ ਦੇਖਣ ਨੂੰ ਮਿਲਣਗੇ ਅਜੇ ਤੱਕ ਕਾਂਗਰਸ ਸਾਈ ਕਮਾਂਡ ਨੇ ਤੈ ਨਹੀਂ ਕੀਤਾ ਕਿ ਪੰਜਾਬ ਦੇ ਲਈ ਸੀਐਮ ਚਿਹਰਾ ਕੌਣ ਹੋਵੇਗਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦਾ ਨਾਮ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਬਣਦੀ ਹੈ ਤਾਂ ਭਗਵੰਤ ਮਾਨ ਸੀਐਮ ਦਾ ਚਿਹਰਾ ਹੋਣਗੇ ਤੇ ਕਾਂਗਰਸ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਘੇਰਿਆ ਵੀ ਜਾਂਦਾ ਹੈ ਕਿ ਸੀਐਮ ਦਾ ਚਿਹਰਾ ਹਾਲ ਤੱਕ ਦੱਸਿਆ ਨਹੀਂ ਚਾਰੰਜੀਵ ਸਿੰਘ ਚੰਨੀ ਨੂੰ ਦੱਸਿਆ ਜਾਂਦਾ ਹੈ ਕਿ ਸਿਰਫ ਖਾਨਾ ਪੂਤੀ ਕੀਤੀ ਸੀ ਕਿ ਉਹ ਤਾਂ ਥੋੜੇ ਟਾਈਮ ਦੇ ਲਈ ਪੱਤਾ ਖੇਡਿਆ ਸੀ ਕਾਂਗਰਸ ਪਾਰਟੀ ਦੇ ਵੱਲੋਂ ਚਾਰੰਜੀਵ ਸਿੰਘ ਚੰਨੀ ਨੂੰ ਸੀਐਮ ਬਣਾ ਕੇ ਕਾਂਗਰਸ ਪਾਰਟੀ ਦੀ ਕੀ ਇਸ ਦੇ ਪਿੱਛੇ ਰਾਜਨੀਤੀ ਮੰਨੀ ਜਾ ਸਕਦੀ ਹੈ ਰਣਨੀਤੀ ਕੀ ਮੰਨੀਏ ਕਾਂਗਰਸ ਪਾਰਟੀ ਦੀ ਕਿ ਉਹਨਾਂ ਨੇ ਸੀਐਮ ਚਿਹਰਾ ਹਜ ਤੱਕ ਸਾਫ ਨਹੀਂ ਕੀਤਾ ਚੋਣਾਂ ਤੋਂ ਬਾਅਦ ਹੀ ਤੈਅ ਕੀਤਾ ਜਾਵੇਗਾ ਕਿ ਕੌਣ ਸੀਐਮ ਚਿਹਰਾ ਹੋਵੇਗਾ ਕਾਂਗਰਸ ਪਾਰਟੀ ਦਾ ਕੀ ਇਸ ਦਾ ਨਫਾ ਹੋ ਸਕਦਾ ਹੈ ਕਾਂਗਰਸ ਪਾਰਟੀ ਨੂੰ ਜਾਂ ਕੀ ਨੁਕਸਾਨ ਹੋ ਸਕਦੇ ਨੇ ਇਸ ਗੱਲ ਦੇ ਦੇਖੋ ਫਿਲਹਾਲ ਦੀ ਜੇਕਰ ਗੱਲ ਕੀਤੀ ਜਾਵੇ ਜੋ ਪਰਸਤਿਤੀਆਂ ਉਸ ਵੇਲੇ ਬਣੀਆਂ ਸਿਕੀਆਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਹਟਣ ਤੋਂ ਮਜਬੂਰ ਜੜਾਇਨ ਤਮਾਮ ਇਹ ਜਿਹੜੇ ਲੀਡਰ ਸੀਗੇ ਇਹਨਾਂ ਵੱਲੋਂ ਕਰ ਦਿੱਤਾ ਗਿਆ ਸੀਗਾ ਪਾਰਟੀ ਆਲਾ ਕਮਾਂਡ ਵੱਲੋਂ ਪ੍ਰੈਸ਼ਰ ਜਿਹੜਾ ਬਿਲਡ ਅਪ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਤਿਫਾ ਜਦੋਂ ਫਾਈਲ ਕੀਤਾ ਤਾਂ ਉਦੋਂ ਬਾਅਦ ਕਈ ਨਾਂ ਜਿਹੜੇ ਉਹ ਚਰਚਾ ਸਾਹਮਣੇ ਆਏ ਸੀਗੇ ਚੰਡੀਗੜ੍ਹ ਵਿੱਚ ਪਾਰਟੀ ਆਲਾ ਕਮਾਂਡ ਦੇ ਜਿਹੜੇ ਆਬਜ਼ਰਵਰ ਸੀਗੇ ਉਹਨਾਂ ਵੱਲੋਂ ਇੱਕ ਮੰਥਨ ਕੀਤਾ ਗਿਆ ਨਰਾਜ਼ਗੀਆਂ ਵੇਖਣ ਨੂੰ ਮਿਲੀਆਂ ਨਵਜੋਤ ਸਿੰਘ ਸਿੱਧੂ ਉਹਦੋਂ ਵੀ ਨਰਾਜ਼ ਹੋ ਗਏ ਜਿਸਕੇ ਜਦੋਂ ਸੁਖਜਿੰ ਰਖਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਕਿਤੇ ਨਾ ਕਿਤੇ ਮੁੱਖ ਮੰਤਰੀ ਦਾ ਚਿਹਰਾ ਜੜਾਇਆ ਉਹ ਚੁਣਿਆ ਗਿਆ ਸੀਗਾ ਲੀਡਰ ਆਫ ਦਾ ਹਾਊਸ ਚੁਣਿਆ ਗਿਆ ਗਿਆ ਸੀਗਾ ਤੇ ਜਿਸ ਤਰ੍ਹਾਂ ਨਾ 110 ਦਿਨ ਵਿੱਚ ਚੰਨੀ ਦੇ ਵੱਲੋਂ ਜੋ ਪਪੂਲੈਰਿਟੀ ਜਿਸ ਤਰ੍ਹਾਂ ਦੇ ਕੰਮਾਂ ਨਾਲ ਉਹਨਾਂ ਨੇ ਹਾਸਲ ਕੀਤੀ ਹੈ ਉਹਨਾਂ ਦਾ ਇਹ ਦਾਵਾ ਹੈਗਾ ਕਿ ਮੈਂ 4.5 ਸਾਲ ਦਾ ਜਿਹੜਾ ਇੱਕ ਨੁਕਸਾਨ ਸੀਗਾ ਕਾਂਗਰਸ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਜਿਹੜੇ આરોਪ ਲੱਗਦੇ ਸੀਗੇ ਕੰਮਾਂ ਨੂੰ ਲੈ ਕੇ ਉਹ ਉਹਨੂੰ ਖਤਮ ਕਰਨ ਦਾ ਕੰਮ ਕੀਤਾ ਤੇ 3 ਸਾਲਾਂ ਦਾ ਕੰਮ ਜਿਹੜਾ ਹੈ ਉਹ 110 ਦਿਨਾਂ ਦੇ ਚ ਕਰਕੇ ਵਿਖਾਇਆ ਹੁਣ ਪਾਰਟੀ ਨੂੰ ਸਭ ਤੋਂ ਵੱਡੀ ਪਾਰਟੀ ਲਈ ਪ੍ਰੋਬਲਮ ਇਹ ਹੈਗੀ ਹੈ ਜਿਵੇਂ ਜਿੰਸਤਾ ਕਹਿ ਲਈਏ ਕਿ ਪਾਰਟੀ ਇਹ ਡਿਸਾਈਡ ਨਹੀਂ ਕਰ ਪਾਰੀ ਕਿ ਕਿਹਦੇ ਚਿਹਰੇ ਨਾਲ ਜਾਣਾ ਹੈ ਕਿਉਂਕਿ ਤੁਸੀਂ ਇੱਕ ਚਿਹਰੇ ਨੂੰ ਜਿੱਕਰ ਖੁਸ਼ ਕਰਦੇ ਹੋ ਜਾਂ ਇੱਕ ਚਿਹਰੇ ਦਾ ਡਿਕਲਰੇਸ਼ਨ ਕਰਦੇ ਹੋ ਤਾਂ ਦੂਜਾ ਚਿਹਰਾ ਵੀ ਉਸ ਕੱਦ ਦਾ ਉਸ ਕੈਲੀਬਰ ਦਾ ਹੈਗਾ ਹੈ ਕਿ ਜੋ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਇਸ ਵੇਲੇ ਫਿਲਹਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੜਾਈ ਜਿਹੜੀ ਹੈ ਉਹ ਟਵਿੱਟਰ ਤੇ ਚੱਲ ਰਹੀ ਹੈਗੀ ਹੈ ਕਿ ਸੀਐਮ ਚਿਹਰਾ ਕੌਣ ਹੋਊਗਾ ਅੱਜ ਜਿਹੜਾ ਹੈ ਕਿਤੇ ਨਾ ਕਿਤੇ ਇੱਕ ਪ੍ਰਯਾਸ ਜ਼ਰੂਰ ਕੀਤਾ ਗਿਆ ਹੈ ਡਿਜ਼ਾਸਟਰ ਮੈਨੇਜਮੈਂਟ ਕਰਨ ਦਾ ਕੰਮ ਕੀਤਾ ਗਿਆ ਹੈ ਕਿ ਲੀਡਰਸ ਦੇ ਸਪੋਰਟਰਸ ਵਾਲਾ ਜਿਸ ਤਰ੍ਹਾਂ ਨਾਲ ਆਪਣੇ ਆਪਣੇ ਲੀਡਰਾਂ ਦੇ ਚਾਹੇ ਉਹ ਨਵਜੋਤ ਸਿੰਘ ਸਿੱਧੂ ਦੇ ਸਪੋਰ ਹੋਣ ਜਾਂ ਫਿਰ ਚੰਨੀ ਦੇ ਸਪੋਰਟ ਸਪੋਰਟਰ ਹੋਣ ਉਹਨਾਂ ਵੱਲੋਂ ਜਿਸ ਤਰ੍ਹਾਂ ਨਾ ਪੁਟਰੇ ਕੀਤਾ ਜਾ ਰਿਹਾ ਹੈਗਾ ਕਿ ਸਾਡਾ ਨੇਤਾ ਜਿਹੜਾ ਹੈ ਸਾਡਾ ਲੀਡਰ ਜਿਹੜਾ ਹੈ ਸਾਡਾ ਸਿਆਸਤਦਾਨ ਜਿਹੜਾ ਹੈਗਾ ਉਹ ਲੀਡਰ ਹੋਊਗਾ ਉਹ ਸੀਐਮ ਹੋਊਗਾ ਹੁਣ ਕਿਤੇ ਨਾ ਕਿਤੇ ਪੰਜਾਬ ਕਾਂਗਰਸ ਵੱਲੋਂ ਇੱਕ ਇੱਕ ਟਵੀਟ ਜ਼ਰੂਰ ਕੀਤਾ ਗਿਆ ਇਸ ਵੀਡੀਓ ਨੂੰ ਬਣਾ ਕੇ ਇੱਕ ਐਨੀਮੇਟਡ ਟਵੀਟ ਬਣਾ ਕੇ ਦਿਖਾਉਣ ਦਾ ਪ੍ਰਯਾਸ ਤਾਂ ਹੀ ਕੀਤਾ ਗਿਆ ਹੈ ਕਿ ਕਾਂਗਰਸ ਜਿਹੜੀ ਹੈ ਉਹ ਵਿਰੋਧੀਆਂ ਤੇ ਭਾਰੀ ਪਾਊਗੀ ਲੇਕਿਨ ਦੋ ਮੈਸੇਜ ਜਿਸ ਤਰ੍ਹਾਂ ਨੇ ਮੈਂ ਤੁਹਾਨੂੰ ਪਹਿਲੇ ਐਲੈਬੋਰੇਟ ਕਰਕੇ ਦੱਸੇ ਕਿ ਇੱਕ ਤਾਂ ਇਹ ਦਿਖਾਇਆ ਗਿਆ ਹੈ ਕਿ ਕਲੈਕਟਿਵ ਲੀਡਰਸ਼ਿਪ ਦੇ ਨਾਲ ਜਿਹੜਾ ਲੜਾਈ ਲੜਦ ਰੇ ਲੜਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਕੀ ਦੇ ਲੀਡਰ ਜਿਹੜੇ ਹੈਗੇ ਨੇ ਚਾਹੇ ਉਹ ਸੁਨੀਲ ਜਾਖੜ ਹੋਣ ਚਾਹੇ ਪ੍ਰਤਾਪ ਬਾਜਵਾ ਹੋਣ ਨਵਜੋਤ ਸਿੰਘ ਸਿੱਧੂ ਹੋਣ ਉਹ ਚੰਨੀ ਦੀ ਐਂਟਰੀ ਦੇ ਬਾਅਦ ਹੀ ਕਿਤੇ ਨਾ ਕਿਤੇ ਇਸ ਲੜਾਈ ਨੂੰ ਜਿੱਤਦੇ ਨੇ ਤੇ ਹੁਣ ਵੇਖਣਾ ਹੀ ਹੋਊਗਾ ਕਿ ਇਹ ਜਿਹੜੀ ਲੜਾਈ ਹੈਗੀ ਹੈ ਚਾਹੇ ਉਹ ਟਵਿੱਟਰ ਤੇ ਇਸ ਵੀਡੀਓ ਦੇ ਰਾਹੀਂ ਕਿਤੇ ਨਾ ਕਿਤੇ ਵਿਖਾਉਣ ਦਾ ਪ੍ਰਯਾਸ ਕੀਤਾ ਗਿਆ ਇਸ ਲੜਾਈ ਨੂੰ ਕੀ ਇੱਕ ਰਾਜੇ ਦੇ ਨਾਲ ਲੜੇ ਹੋਗਾ ਜਾਂ ਫਿਰ ਕਲੈਕਟਿਵ ਲੀਡਰਸ਼ਿਪ ਯਾਨੀ ਕਿ ਬਿਨਾ ਕਿਸੇ ਰਾਜੇ ਦੇ ਨਾਲ ਸੈਨਾ ਹੀ ਅੱਗੇ ਵਧਦੇ ਹੋਏ ਜਿਹੜਾ ਹੈ ਉਹ ਕਿਤੇ ਨਾ ਕਿਤੇ ਕਿਲਾਫਤਾ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਪਾਰਟੀ ਆਲਾ ਕਮਾਨ ਉਹਨਾਂ ਨੂੰ ਦਊਗਾ ਜੀ ਬਿਲਕੁਲ ਇਤਾਂ ਹਜੇ ਹਾਈ ਕਮਾਂਡ ਨੇ ਹੀ ਤੈਅ ਕਰਨਾ ਬੀਪਨ ਜੀ ਕਿ ਆਖਰਕਾਰ ਸੀਐਮ ਚਹਿਰਾ ਕਾਂਗਰਸ ਪਾਰਟੀ ਦਾ ਹੋਵੇਗਾ ਕੌਣ ਤੇ ਦੂਜੇ ਪਾਸੇ ਇਹ ਵੀਡੀਓ ਦੇ ਵਿੱਚ ਸਪੱਸ਼ਟ ਤੌਰ ਤੇ ਪਤਾ ਲੱਗ ਰਿਹਾ ਚਰਨਜੀਤ ਸਿੰਘ ਚੰਨੀ ਨੂੰ ਜ਼ਿਆਦਾ ਹਾਈਲਾਈਟ ਕੀਤਾ ਹੋਇਆ ਜਿਸ ਤਰੀਕੇ ਮੇਨ ਕਹਿ ਸਕਦੇ ਹਾਂ ਹੀਰੋ ਚਰਨਜੀਤ ਸਿੰਘ ਚੰਨੀ ਨੂੰ ਇਸ ਵੀਡੀਓ ਦੇ ਵਿੱਚ ਬਣਾ ਦਿੱਤਾ ਗਿਆ ਤਾ ਦੂਜੇ ਪਾਸੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਵੀ ਫਾਇਲ ਕੀਤਾ ਸੀ ਉਦੋਂ ਵੀ ਪਹਿਲਾ ਮੋਹਰ ਸੁਨੀਲ ਜਾਖੜ ਤੇ ਲੱਗ ਰਹੀ ਸੀ ਫਿਰ ਸੁਖਜਿੰਦਰ ਸਿੰਘ ਰੰਧਾਵਾ ਤੇ ਫਿਰ ਆਖਰਕਾਰ ਸਹਰਾ ਸੱਜ ਜਾਂਦਾ ਚਰਨਜੀਤ ਸਿੰਘ ਚੰਨੀ ਦੇ ਸਿਰ ਤੇ ਹੁਣ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਿਸੇ ਇਸ ਤਰ੍ਹਾਂ ਦਾ ਖੇਲ ਤਾਂ ਨਹੀਂ ਹੋਣ ਵਾਲਾ ਕਿ ਹਾਈ ਕਮਾਂਡ ਫੈਸਲਾ ਕੁਝ ਹੋਰ ਹੀ ਕਰ ਦਵੇ ਚਾਰੇ ਹਾਈਲਾਈਟ ਹੁਣ ਕੁਝ ਔਰ ਹੋ ਰਹੇ ਨੇ ਪਿਕਾ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈਗੀ ਹੈ ਉਹ ਸੀਟਾਂ ਦੀ ਡਿਕਲਰੇਸ਼ਨ ਦਾ ਵੀ ਹੈਗੀ ਕੈਂਡੀਡੇਟ ਡਿਕਲੇਅਰ ਕਰਨ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਅਜੀਬੀ ਪੇਂਚ ਜਿਹੜਾ ਫਸਿਆ ਹੋਇਆ ਹੈਗਾ ਆਪਣੇ ਆਪਣੇ ਕੈਂਡੀਡੇਟਸ ਨੂੰ ਟਿਕਟਾਂ ਦਵਾਉਣ ਵਾਸਤੇ ਜਾਂ ਉਮੀਦਵਾਰੀ ਦਵਾਉਣ ਵਾਸਤੇ ਲਗਾਤਾਰ ਲੀਡਰਸ ਦੀ ਲੜਾਈ ਜਿਹੜੀ ਹੈਗੀ ਹੈ ਉਹ ਸੀਸੀਸੀ ਦੀ ਬੈਠਕ ਚ ਵੀ ਜਿਹੜਾ ਹੈ ਉਹ ਕਿਤੇ ਨਾ ਕਿਤੇ ਵੇਖਣ ਨੂੰ ਮਿਲ ਰਹੀ ਹੈ ਕਿ ਆਪਣੇ ਆਪਣੇ ਧੜੇ ਮਜ਼ਬੂਤ ਕਰਨ ਨੂੰ ਤਮਾਮ ਲੀਡਰਸ ਕਾਂਗਰਸ ਦੇ ਜਿਹੜੇ ਉਹ ਲੱਗੇ ਹੋਏ ਨੇ ਤੇ ਸਭ ਤੋਂ ਵੱਡੀ ਚੈਲੰਜ ਤਾਂ ਇਹੀ ਹੈਗੀ ਕਿ ਤੁਸੀਂ ਕਿਹੜੀ ਟੀਮ ਦੇ ਨਾਲ ਜਿਹੜਾ ਪੰਜਾਬ ਤੁਰੂਗੇ ਤੋਂ ਦੀ 186 ਸੀਟਾਂ ਤੁਸੀਂ ਕੈਂਡੀਡੇਟ ਜਿਹੜੇ ਉਤਾਰ ਦਿੱਤੇ ਗਏ ਲੇਕਿਨ 31 ਤੇ ਹਜੇ ਵੀ ਜਿਹੜੇ ਉਮੀਦਵਾਰ ਉਤਾਰਨੇ ਹਜੇ ਬਾਕੀ ਨੇ ਉਹਨਾਂ ਤੇ ਕਿਉਂਕਿ ਅੱਜ ਤੋਂ ਨਾਮਾਂਕਨ ਤੇ ਨੋਮੀਨੇਸ਼ਨ ਦੀ ਜਿਹੜੀ ਪ੍ਰੋਸੈਸ ਹੈਗਾ ਉਹ ਸ਼ੁਰੂ ਹੋ ਚੁੱਕਾ ਹੈ ਤੇ ਇੱਕ ਫਰਮ ਤੱਕ ਤੁਸੀਂ ਨਾਮਾਂਕਨ ਜਿਹੜਾ ਹੈ ਉਹ ਕਰਨਾ ਹੈ ਤੇ ਸਮਾਂ ਬੜਾ ਘੱਟ ਹੈਗਾ ਹੁਣ ਵੇਖਣਾ ਹੀ ਹੋਊਗਾ ਕਿ ਬਿਲਕੁਲ ਵਿਪਨ ਜੀ ਬਿਲਕੁਲ ਜੀ ਸਮਾਂ ਅਫਜ਼ਾਤ ਨਹੀਂ ਦੇ ਰਿਹਾ ਤੇ ਹੁਣ